ਬ੍ਰੇਕ ਤੋਂ ਬਾਅਦ ਸਵਾਗਤ ਹੈ ਵਿਚਾਰ ਵਟਾਂਦਰਾ। ਅਸੀਂ ਬਦਸਤੂਰ ਜਾਰੀ ਰੱਖਿਆ ਹੋਇਆ ਔਰ ਇਸ ਅਖੀਰਲੇ ਸੈਗਮੈਂਟ ਦੇ ਵਿੱਚ ਅਸੀਂ ਵਿਚਾਰ ਕਰਾਂਗੇ ਕਿ ਆਖਿਰਕਾਰ ਜਿਹੜਾ ਸਰਪੰਚ ਹੁਣ ਚੁਣ ਕੇ ਆਏਗਾ ਪਿੰਡ ਦੇ ਵਿੱਚ, ਸਭ ਤੋਂ ਪਹਿਲਾਂ ਤਾਂ ਉਹਦੀ ਪਾਵਰਸ ਕੀ ਹੈਗੀਆਂ ਔਰ ਉਹ ਕਿਹੜੇ ਕਿਹੜੇ ਗੱਲਾਂ ਦੇ ਉੱਤੇ ਅਮਲੀ ਜਾਮਾ ਪਹਿਨਾ ਸਕਦਾ ਅਗਰ ਉਹ ਚਾਹੇ ਤਾਂ, ਨੀਅਤ ਸਾਫ਼ ਹੋਏ ਤਾਂ। ਨਵੀਂ ਜੀ ਦੇਖੋ, ਪੂਰੇ ਪਿੰਡ ਦਾ ਵਿਕਾਸ ਦੀ ਜ਼ਿੰਮੇਵਾਰੀ ਸਰਪੰਚ ਦੀ ਹੈ। ਜਿੰਨਾ ਸਰਕਾਰੀ ਸਕੀਮਾਂ ਦਾ, ਸ਼ਗਨ ਸਕੀਮ ਦਾ, ਪੈਨਸ਼ਨ ਦਾ, ਜਿਹੜੇ ਵੀ ਪੈਸੇ ਆਉਣੇ ਆ ਸਰਕਾਰੀ ਫੰਡਸ ਦੇ, ਉਹ ਸਾਰੇ ਸਰਪੰਚਾਂ ਦੇ ਥਰੂ ਹੀ ਡਿਸਟ੍ਰੀਬਿਊਟ ਹੁੰਦੇ ਆ, ਅਤੇ ਉਹਦਾ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਉਹਦੀ ਉਹਨਾਂ ਨੂੰ ਮੈਟ੍ਰਿਕ ਪਾਸ ਹੋਣਾ ਜਾਂ ਜਿਹੜੀ ਵੀ ਤਜਵੀਜ਼ ਰੱਖੀ ਗਈ ਸੀ ਉਹ ਨਹੀਂ ਹੋ ਪਾਈ, ਅਨਫੋਰਚੁਨੇਟਲੀ ਹਰਿਆਣਾ ਨੇ ਇੰਪਲੀਮੈਂਟ ਕਰ ਲਈ। ਪੰਜਾਬ ਦੇ ਵਿੱਚ ਕੀ ਹੁੰਦਾ, ਕੋਈ ਤਜਵੀਜ਼ ਰੱਖੋ ਤਾਂ ਉਹਨੂੰ ਉਹਦੇ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ। ਇਸ ਚੱਕਰ ਦੇ ਵਿੱਚ ਉਹ ਕੰਮ ਹੋ ਨਹੀਂ ਪਾਇਆ। ਅੱਛਾ ਇੱਕ ਚਾਂਸ ਸੀਗਾ, ਘੱਟ ਤੋਂ ਘੱਟ ਇੱਕ ਰਿਫਾਈਂਡ ਹੋ ਜਾਂਦਾ ਪੰਚਾਇਤ ਲੈਵਲ 'ਤੇ, ਉਹ ਇੱਕ ਚਾਂਸ ਖਤਮ ਹੋ ਗਿਆ। ਹੁਣ ਪੁਰਾਣੇ ਹੀ ਤਰੀਕੇ ਨਾਲ ਲੜੇ ਜਾ ਰਹੇ ਨੇ ਚੁਣਾਵ। ਲੈਟਸ ਹੋਪ ਕਿ ਹੁਣ ਜਿਹੜੇ ਪੰਚਾਇਤ ਜਿਹੜੇ ਚੁਣ ਕੇ ਆਉਣਗੇ, ਐਟਲੀਸਟ ਦੇ ਵਿਲ ਬੀ ਓਨੈਸਟ ਐਂਡ ਉਹ ਬਿਲਕੁਲ ਸਰਕਾਰ ਦੇ ਪਿੱਠੂ ਨਾ ਬਣਨ, ਪਿੰਡ ਦੇ ਵਿਕਾਸ ਦਾ ਧਿਆਨ ਰੱਖਣ। ਦੂਸਰਾ, ਅਸੀਂ ਇਹ ਗੱਲ ਕੀਤੀ ਸੀ ਕਿ ਜਿਸ ਤਰ੍ਹਾਂ ਯੰਗ ਬੱਚੇ, ਜਿਸ ਤਰ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਹਾਲੇ ਇੰਨੇ ਲੈਵਲ ਪੱਧਰ 'ਤੇ ਬੱਚਿਆਂ ਨੇ ਇੰਟਰਸਟ ਨਹੀਂ ਦਿਖਾਇਆ, ਨੌਜਵਾਨਾਂ ਨੇ ਇੰਟਰਸਟ ਨਹੀਂ ਦਿਖਾਇਆ, ਬੱਚੇ ਮੈਂ ਕਹਿ ਰਿਹਾ ਨੌਜਵਾਨਾਂ ਨੇ ਇੰਟਰਸਟ ਨਹੀਂ ਦਿਖਾਇਆ ਕਿ ਅਗਰ ਨੌਜਵਾਨ ਵੀ ਆਉਣ, ਕਿਉਂਕਿ ਨੌਜਵਾਨ ਨੂੰ ਅਗਰ ਤੁਸੀਂ ਕਰਦੇ ਹੋ ਤਾਂ ਪਿੰਡ ਦੇ ਲੋਕ ਉਹਨੂੰ ਇੰਨੀ ਜਲਦੀ ਐਕਸੈਪਟ ਕਰਦੇ ਕਿ ਨਹੀਂ ਕਰਦੇ, ਕਿਉਂਕਿ ਜੋ ਪਿੰਡਾਂ ਦਾ ਕਲਚਰ ਹੈ, ਪੰਜਾਬ ਦੀ ਜੋ ਹੈਰੀਟੇਜ ਹੈ, ਵਿਰਾਸਤ ਹੈ, ਉਹਦੇ ਵਿੱਚ ਸਾਡੇ ਬਜ਼ੁਰਗਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਔਰ ਪਿੰਡਾਂ ਦੇ ਵਿੱਚ ਮੈਂ ਦੇਖਿਆ ਜਿਹੜੇ ਬਜ਼ੁਰਗ ਕੈਂਡੀਡੇਟ ਹੁੰਦੇ ਨੇ ਉਹਨਾਂ ਨੂੰ ਸਰਪੰਚ ਵਾਸਤੇ ਜ਼ਿਆਦਾ ਤਰਜੀਹ ਦੇ ਕੇ ਉਹਨਾਂ ਨੂੰ ਹੀ ਚੁਣਿਆ ਜਾਂਦਾ ਹੈ ਨੋਰਮਲੀ। ਅਤੇ ਹੁਣ ਜਿਹੜੀ ਵੱਖ ਵੱਖ ਪਾਰਟੀਆਂ ਹਨ ਉਹਨਾਂ ਦੇ ਬਾਰੇ ਆਪਾਂ ਵਿਚਾਰ ਵਟਾਂਦਰਾ ਕੀਤਾ ਕਿ ਹੁਣ ਤਸਵੀਰ ਜਿਹੜੀ ਹੈ, ਖੈਰ ਉਹ ਹੁਣ ਕਿਤੇ ਨਾ ਕਿਤੇ ਬਾਲ ਜਿਹੜੀ ਹੈ ਉਹ ਕਾਂਗਰਸ ਦੇ ਪਾਲੇ ਦੇ ਵਿੱਚ ਜਾਂਦੀ ਹੋਈ ਨਜ਼ਰ ਆ ਰਹੀ ਹੈ। ਔਰ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਹੁਣ ਤਿੰਨ ਉਹਨਾਂ ਦੇ ਹੁਕਮ ਦੇ ਇੱਕੇ ਹਨ ਉਹ ਮਜ਼ਬੂਤ ਅਗਰ ਹੁੰਦੇ ਹਨ ਤਾਂ ਉਹਨਾਂ ਨੂੰ ਵਾਕਈ ਸੋਚਣਾ ਚਾਹੀਦਾ ਕਿ ਜਿਹੜੀ ਹੁਣ ਹੇਠਲੇ ਪੱਧਰ ਦੀ ਰਾਜਨੀਤੀ ਹੈ, ਜਿਹੜਾ ਹੇਠਲੇ ਪੱਧਰ ਦਾ ਸਟਰਕਚਰ ਹੈ ਉਹਨੂੰ ਸਟਰੋਂਗ ਕੀਤਾ ਜਾਵੇ। ਦੇਖੋ, ਪਾਵਰ ਅਲਾਈਨਮੈਂਟ ਹੋਣਾ ਬਹੁਤ ਜ਼ਰੂਰੀ ਹੈ। ਅਗਰ ਮੈਂ ਕਹਿ ਰਿਹਾ ਜਿਸ ਤਰ੍ਹਾਂ ਸਰਕਾਰ ਉਹਨਾਂ ਦੀ ਹੈ, MLA ਉਸ ਉਹਨਾਂ ਦਾ ਉਸ ਏਰੀਆ 'ਚ ਹੈ, ਅਤੇ ਅਗਰ ਪੰਚ ਸਰਪੰਚ ਵੀ ਉਹਨਾਂ ਦੀ ਪਾਰਟੀ ਦੇ ਹੋਣਗੇ ਤਾਂ ਪਾਵਰ ਅਲਾਈਨਮੈਂਟ ਹੋ ਜਾਏਗਾ, ਜਿਹਦੇ ਨਾਲ ਵਿਕਾਸ ਦਾ ਕੰਮ ਤੇਜ਼ੀ ਨਾਲ ਹੋ ਸਕਦਾ ਹੈ। ਘੱਟ ਤੋਂ ਘੱਟ ਕਿਸੇ ਵੀ ਚੁਣੇ ਹੋਏ ਨੁਮਾਇੰਦੇ ਦੇ ਕੋਲ ਐਕਸਕਿਊਜ਼ ਨਹੀਂ ਹੁੰਦਾ ਕਿ ਆਈ ਐਮ ਨੋਟ ਫਰੋਮ ਦ ਰੂਲਿੰਗ ਪਾਰਟੀ ਤੋਂ ਮੇਰਾ ਕੰਮ ਨਹੀਂ ਹੋ ਰਿਹਾ। ਅਤੇ ਪਾਵਰ ਅਲਾਈਨਮੈਂਟ ਹੋਣਾ ਜ਼ਰੂਰੀ ਹੈ, ਪਾਵਰ ਅਲਾਈਨਮੈਂਟ ਹੋ ਵੀ ਜਾਏਗਾ। ਔਰ ਜੋ ਪੰਜਾਬ ਦਾ ਇਤਿਹਾਸ ਅਸੀਂ ਦੇਖਿਆ ਕਿ ਰੂਲਿੰਗ ਪਾਰਟੀਆਂ ਜਿਹੜੀਆਂ ਨੇ ਉਹੀ ਇਹਨਾਂ ਚੋਣਾਵਾਂ ਦੇ ਵਿੱਚ ਜਿੱਤਦੀਆਂ ਨੇ, ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਕਿਹਾ ਗੌਰਮੈਂਟ ਮਸ਼ੀਨਰੀ ਉਹਨਾਂ ਦੇ ਨਾਲ ਹੈ, ਪੁਲਿਸ ਦੀ ਸਪੋਰਟ ਉਹਨਾਂ ਦੇ ਨਾਲ ਹੈ, ਔਰ ਉਸ ਤੋਂ ਬਾਅਦ ਲੋਕਾਂ ਦਾ ਵੀ ਇੱਕ ਪਰਸੈਪਸ਼ਨ ਹੈ ਬਣ ਜਾਂਦਾ ਕਿ ਅਗਰ ਅਸੀਂ ਰੂਲਿੰਗ ਪਾਰਟੀ ਦੇ ਬੰਦੇ ਨੂੰ ਜਿਤਾਉਂਦੇ ਹਾਂ ਤਾਂ ਕੱਲ੍ਹ ਨੂੰ ਸਾਡੇ ਪਿੰਡ ਦਾ ਵਿਕਾਸ ਹੋ ਜਾਏਗਾ, ਨਾਲੀਆਂ ਬਣ ਜਾਣਗੀਆਂ, ਸੜਕਾਂ ਬਣ ਜਾਣਗੀਆਂ। ਜੀ ਜੀ ਜੀ, ਇਹ ਚੀਜ਼ ਹੈ। ਇਸ ਅਖੀਰਲੇ ਸੈਗਮੈਂਟ ਦੇ ਵਿੱਚ ਮੈਂ ਕੁਝ ਖਾਸ ਜਿਹੜੀਆਂ ਖਬਰਾਂ ਹੈਗੀਆਂ ਜਾਂਦੇ ਜਾਂਦੇ ਦਰਸ਼ਕਾਂ ਨੂੰ ਉਹ ਵੀ ਦੱਸ ਦੇਵਾਂ ਕਿ ਕਰਤਾਰਪੁਰ ਜਿਹੜਾ ਕੋਰੀਡੋਰ ਹੈ ਉਹਦੀ ਉਹਨੂੰ ਖੋਲ੍ਹਣ ਦੀ ਤਜਵੀਜ਼ ਰੱਖੀ ਜਾ ਰਹੀ ਸੀ ਪਾਕਿਸਤਾਨ ਦੇ ਵੱਲੋਂ, ਅਤੇ ਉਹ ਜਿਹੜੀ ਹੁਣ ਤਜਵੀਜ਼ ਰੱਖੀ ਗਈ ਸੀ ਉਹ ਕਿਤੇ ਨਾ ਕਿਤੇ ਰਜ਼ਾਮੰਦ ਹੋ ਗਈ ਹੈ ਅਤੇ ਕੋਰੀਡੋਰ ਜਿਹੜਾ ਉਹ ਖੋਲ੍ਹਿਆ ਜਾਵੇਗਾ, ਲੇਕਿਨ ਕਦ ਖੋਲ੍ਹਿਆ ਜਾਵੇਗਾ ਇਹ ਤਸਵੀਰ ਜਿਹੜੀ ਹੈ ਹਜੇ ਤੱਕ ਸਾਫ਼ ਨਹੀਂ ਹੋ ਪਾਈ ਹੈ। ਉਸ ਤੋਂ ਬਾਅਦ ਜਿਹੜਾ ਪੈਟਰੋਲ ਔਰ ਡੀਜ਼ਲ ਦਾ ਜਿਹੜਾ ਦਾਮ ਹੈਗਾ, ਜਿਹੜੀ ਕੀਮਤਾਂ ਹੈਗੀਆਂ ਉਹਨਾਂ ਨੇ ਰਿਕੋਰਡ ਬਣਾਇਆ ਭਾਰਤ ਦੇ ਵਿੱਚ, ਅਤੇ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਵੀ ਵਾਧਾ ਭਾਰਤ ਦੇ ਵਿੱਚ ਹੋਇਆ। ਅਤੇ ਸਭ ਤੋਂ ਵੱਡੀ ਗੱਲ ਜਿਹੜਾ ਰੁਪਇਆ ਕਮਜ਼ੋਰ ਹੋਣ ਦੀ ਭਾਰਤ ਨੂੰ ਪਈ ਹੈ ਦੋਰੀ ਮਾਰ, ਕਿਉਂਕਿ ਜਿਹੜਾ ਹੁਣ ਡਾਲਰ ਹੈ ਉਹਦਾ ਰੇਟ ਵੀ ਕਾਫੀ ਵੱਧ ਚੁੱਕਿਆ ਹੈ। ਅਤੇ ਆਪਾਂ ਚਾਹੁੰਦੇ ਸੀਗੇ ਕਿ ਇਸਦੇ ਉੱਤੇ ਵੀ ਵਿਚਾਰ ਵਟਾਂਦਰਾ ਕਰੀਏ, ਲੇਕਿਨ ਸਾਨੂੰ ਲੱਗਿਆ ਅੱਜ ਸਾਡੀ ਟੀਮ ਨੂੰ ਕਿ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਜ਼ਰੂਰੀ ਹੈ, ਜੋ ਕਿ ਵਾਕਈ ਹੀ ਪੰਜਾਬ ਦੇ ਲਈ ਬੇਹੱਦ ਖਾਸ ਹੈਗੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਹੋਰ ਵੀ ਕਿਹਨਾਂ ਮੁੱਦਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ, ਤੁਸੀਂ ਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com, ਤਾਂ ਕਿ ਅਸੀਂ ਉਹਨਾਂ ਵਿਸ਼ਿਆਂ ਨੂੰ ਵੀ ਤੁਹਾਡੇ ਸਾਹਮਣੇ ਲੈ ਕੇ ਆ ਸਕੀਏ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੇ ਨਾਲ ਨਵੀਨ ਸ਼ਰਮਾ ਹੋਰਾਂ ਨੂੰ ਦਿਓ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।